ਕਹਿੰਦੇ ਆ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦੇ ਪ੍ਰਤੀ ਗੰਭੀਰਤਾ ਦੇ ਨਾਲ ਜੋ ਹਰੇਕ ਘਰ ਤੱਕ ਅਸੀਂ ਆਪਣਾ ਸੁਨੇਹਾ ਦਿੱਤਾ ਹੈ ਕਿ ਕੂੜੇ ਨੂੰ ਜਿੱਡੇ ਦੇ ਸੁੱਕੇ ਕੂੜੇ ਨੂੰ ਅੱਡ ਅੱਡ ਕਰਕੇ ਡਸਟਬਿਨ ਦੇ ਵਿੱਚ ਪਾ ਕੇ ਕੂੜੇਦਾਨ ਤੱਕ ਪਹੁੰਚਾਇਆ ਜਾਵੇ ਬੇਨਤੀ ਤੁਹਾਨੂੰ ਦਿੱਤਾ ਜਾਵੇ ਇਸ ਤਰੀਕੇ ਦੇ ਨਾਲ ਕੂੜੇ 'ਚ ਕੂੜਾ ਨਾ ਗਿਰਿਆ ਜਾਵੇ ਅੱਜ ਤੋਂ ਬਾਅਦ ਅਸੀਂ ਜੇ ਕਿਸੇ ਨੇ ਖੁੱਲ੍ਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਕੂੜਾ ਗੇਰਿਆ ਘਰ ਡਸਟਬਿਨ ਨਾ ਲਗਾਏ ਤਾਂ ਉਹਨਾਂ ਨੂੰ 1000 ਰੁਪਏ ਦਾ ਜੁਰਮਾਨਾ ਜਿਹੜਾ ਹੈਗਾ ਕੀਤਾ ਜਾਏਗਾ ਜੇ ਕਿਸੇ ਨੇ ਇਸੇ ਤਰੀਕੇ ਦੇ ਨਾਲ ਨਾਲੀ ਦੇ ਵਿੱਚ ਕੂੜਾ ਗੇਰਿਆ ਤਾਂ ਉਹਨਾਂ ਨੂੰ 5000 ਰੁਪਏ ਦਾ ਜੁਰਮਾਨਾ ਨਗਰ ਨਿਗਮ ਦੁਆਰਾ ਕੀਤਾ ਜਾਏਗਾ ਮੋਬਾਈਲ ਦੇ ਉੱਪਰ ਅਸੀਂ ਆਪਣਾ ਨੰਬਰ 1800 180 2808 इस नंबर के उपर टोल फ्री नंबर के उपर जे कोई कूड़ा गिरता है तो यदि जानकारी दो ताकि असी अपने शहर को साफ तो स्वच्छ बना सकी मैं आस करता हाँ कि मेरे शहरवासी इस असी अपने शहर को साफ सुथरा बनाने लिए यह बहुत जरूरी काम सी पालना करेंगे बहुत बहुत धन्यवाद जय हिंद।